ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਹਰ ਹਫਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ ਬਹੁਤ ਸਾਰੀਆਂ ਬਾਲੀਵੁੱਡ ਤੇ ਪੋਲੀਵੁੱਡ ਦੀਆਂ ਖਬਰਾਂ ਜਿਦੇ ਵਿੱਚੋਂ ਕੁਝ ਇੱਕ ਦੇ ਉੱਤੇ ਝਾਤ ਪਾਵਾਂਗੇ ਅਸੀਂ ਬਾਲੀਵੁੱਡ ਦੀ ਜਾਂ ਪੋਲੀਵੁੱਡ ਦੀ ਜਾਂ ਕਹਿ ਲਈਏ ਵੱਡੇ ਪਰਦੇ ਦੀ ਚਮਕ-ਦਮਕ ਨੂੰ ਦੇਖ ਕੇ ਪ੍ਰਭਾਵਿਤ ਹੁੰਨੇ ਆ ਮੁੰਡੇ ਕੁੜੀਆਂ ਬੜੇ ਖਿੱਚੇ ਜਾਂਦੇ ਆ ਕਿ ਦੇਖੋ ਜੀ ਇਹਦੇ ਵਿੱਚ ਕਿੰਨੀ ਲਗਜ਼ਰੀ ਜ਼ਿੰਦਗੀ ਆ ਕਿੰਨੀ ਅਮੀਰਾਂ ਵਾਲੀ ਜ਼ਿੰਦਗੀ ਆ ਕਿਸ ਤਰੀਕੇ ਨਾਲ ਗੱਡੀਆਂ ਝੂਟਦੇ ਆ ਕਿਵੇਂ ਮਹਿੰਗੇ ਲੀੜੇ ਲੱਤੇ ਪਾਉਂਦੇ ਆ ਕਿੰਨੇ ਵਧੀਆ ਗਹਿਣੇ ਪਾਉਂਦੇ ਆ ਕਿਵੇਂ ਸੁਰੱਖਿਆ ਕਰਮਚਾਰੀ ਆ ਕਿੰਨੇ ਵੱਡੇ ਬੰਗਲਿਆਂ ਦੇ ਵਿੱਚ ਰਹਿੰਦੇ ਆ ਪਰ ਉਸ ਚਮਕਦਮਕ ਵਾਲੀ ਜ਼ਿੰਦਗੀ ਦੇ ਪਿਛਲੇ ਪਾਸੇ ਕਈ ਵਾਰ ਕੁਝ ਹੋਰ ਮਿਲਦਾ ਜਿਵੇਂ ਕਿ ਅਸੀਂ ਰਾਜਕੁੰਦਰਾ ਦੇ ਰੂਪ ਦੇ ਵਿੱਚ ਦੇਖਿਆ ਰਾਜਕੁੰਦਰਾ ਦੇ ਕੋਲੇ ਅਰਬਾਂ ਖਰਬਾਂ ਰੁਪਈਆ ਪਰ ਇਸ ਦੇ ਬਾਵਜੂਦ ਜਿਹੜੇ ਗੰਦੇ ਕੰਮ ਦੇ ਨਾਲ ਉਹ ਜੁੜਿਆ ਜਿਵੇਂ ਕਿ ਮੀਡੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ ਉਹਨੂੰ ਦੇਖ ਕੇ ਤਾਂ ਇੰਉਂ ਲੱਗਦਾ ਕਿ ਜੋ ਅਣਖਾ ਜੋ ਇੱਜ਼ਤ ਆ ਜੋ ਸਨਮਾਨ ਆ ਜੋ ਕਿਰਦਾਰ ਆ ਉਹ ਇੱਕ ਸਧਾਰਨ ਬੰਦੇ ਦਾ ਹੋ ਸਕਦਾ ਤੁਹਾਡਾ ਜਾਂ ਸਾਡੇ ਵਰਗਿਆਂ ਦਾ ਇਹ ਵੱਡੇ ਲੋਕ ਆ ਜਿਹੜੇ ਉਹ ਜਿਹੋ ਜੀ ਜ਼ਿੰਦਗੀ ਜਿਉਂਦੇ ਆ ਉਸ ਤੋਂ ਪਿਛਲੇ ਪਾਸੇ ਜੋ ਨਿਗਾਰਦੀਆਂ ਘੜੀਆਂ ਉਹਦੇ ਬਾਬਤ ਆਪਾਂ ਨੂੰ ਕਦੇ ਜਾਣਕਾਰੀ ਹੁੰਦੀ ਨਹੀਂ ਰਾਜਕੁੰਦਰਾ ਦੇ ਉੱਤੇ ਪਿਛਲੇ ਦਿਨੀ ਇਹ ਦੋਸ਼ ਲੱਗੇ ਕਿ ਨੀਲੀਆਂ ਫਿਲਮਾਂ ਬਣਾਉਣ ਦਾ ਉਹ ਕਾਰੋਬਾਰ ਕਰਦਾ ਬਹੁਤ ਸਾਰੀਆਂ ਕੁੜੀਆਂ ਨੂੰ ਐਕਸਪਲੋਇਟ ਕੀਤਾ ਗਿਆ ਜਿਵੇਂ ਕਿ ਰਿਪੋਰਟਾਂ ਆਈਆਂ ਮੀਡੀਆ ਦੇ ਵਿੱਚ ਕਿਉਂਕਿ ਉਹਨਾਂ ਨੇ ਇੱਕ ਕੰਪਨੀ ਬਣਾਈ ਉਸ ਕੰਪਨੀ ਦੇ ਵਿੱਚ ਸੰਘਰਸ਼ੀਲ ਮੁੰਡੇ ਕੁੜੀਆਂ ਆਉਂਦੇ ਆ ਉਹਨਾਂ ਦੇ ਵੱਲੋਂ ਕੌਂਟਰੈਕਟ ਸਾਈਨ ਕੀਤਾ ਜਾਂਦਾ ਕਿ ਅਸੀਂ ਤੈਨੂੰ ਫਿਲਮਾਂ ਦੇ ਵਿੱਚ ਕੰਮ ਦੇਵਾਂਗੇ ਪਰ ਇਹ ਨਹੀਂ ਦੱਸਿਆ ਜਾਂਦਾ ਵੀ ਕਿਹੜੀਆਂ ਫਿਲਮਾਂ ਦੇ ਵਿੱਚ ਕੰਮ ਦੇਵਾਂਗੇ ਤੇ ਜੇਕਰ ਉਹ ਕੌਂਟਰੈਕਟ ਕਰਕੇ ਉਸ ਫਿਲਮ ਦੇ ਵਿੱਚ ਯਾਨੀ ਕਿ ਨੀਲੀ ਫਿਲਮ ਦੇ ਵਿੱਚ ਕੰਮ ਕਰਨ ਤੋਂ ਨਾ ਕਰਦੇ ਆ ਅਨਾਕਾਨੀ ਕਰਦੇ ਆ ਤਾਂ ਫਿਰ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਗੱਲ ਇਹ ਖੁੱਲ ਕੇ ਸਾਹਮਣੇ ਆ ਗਈ ਉਸ ਤੋਂ ਬਾਅਦ ਬਦਨਾਮੀ ਦੇ ਟੋਕਰੇ ਜਿਹੜੇ ਉਹ ਰਾਜਕੁੰਦਰਾ ਤੇ ਹੋਰ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਆ ਉਹਨਾਂ ਦੇ ਸਿਰ ਦੇ ਉੱਤੇ ਟਿਕ ਗਏ ਆ ਸੋ ਵਿੱਚੋਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਜਿਹੜੀਆਂ ਕਿ ਇ ਵਕਤ ਸਾਂਝੀਆਂ ਕਰਨੀਆਂ ਵੀ ਨਹੀਂ ਬਣਦੀਆਂ ਕਿਉਂਕਿ ਉਹ ਸੱਭਿਅਕ ਸ਼ਬਦਾਵਲੀ ਤੋਂ ਉਰੇ ਪਰੇ ਦੀ ਗੱਲ ਹੋ ਜਾਂਦੀ ਹੈ ਪਰ ਸ਼ਿਲਪਾ ਸ਼ੇਟੀ ਜਿਹਨੂੰ ਅਸੀਂ ਬਾਲੀਵੁੱਡ ਦੀ ਮੰਨੀ ਪਰਮੰਨੀ ਹਸਤੀ ਕਹਿੰਦੇ ਆ ਉਹਨਾਂ ਦੇ ਘਰ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਇਹ ਤਾਂ ਹੋ ਨਹੀਂ ਸਕਦਾ ਵੀ ਘਰ ਦੇ ਵਿੱਚ ਆਹ ਕੁਝ ਹੁੰਦਾ ਸੀ ਤੇ ਸ਼ਿਲਪਾ ਨੂੰ ਪਤਾ ਹੀ ਨਾ ਹੋਵੇ ਕਿਉਂਕਿ ਵਿੱਚੋਂ ਖਬਰਾਂ ਇਹ ਨਿਕਲ ਕੇ ਆ ਰਹੀਆਂ ਕਿ ਸ਼ਿਲਪਾ ਸ਼ੇਟੀ ਦੇ ਖਾਤਿਆਂ ਦੇ ਵਿੱਚ ਵੀ ਮੋਟੀ ਰਕਮ ਕਈ ਵਾਰ ਆਉਂਦੀ ਸੀ ਇਸ ਕਿਤੇ ਦੀ ਇਸ ਕੰਮ ਦੀ ਸੋ ਇਸ ਕਰਕੇ ਜਦੋਂ ਹੁਣ ਸਾਰਾ ਭਾਂਡਾ ਭੱਜ ਗਿਆ ਜਦੋਂ ਹੁਣ ਸਭ ਕੁਝ ਨਸ਼ਰ ਹੋ ਗਿਆ ਤਾਂ ਉਸ ਤੋਂ ਬਾਅਦ ਮੈਂ ਸੋਚਦਾ ਸੀ ਅੱਜ ਕਿ ਬੰਦਾ ਕਿਵੇਂ ਲੋਕਾਂ ਦੇ ਵਿੱਚ ਜਾ ਕੇ ਮੂੰਹ ਦਿਖਾ ਸਕਦਾ ਕਿਉਂਕਿ ਜੇਕਰ ਬੰਦੇ ਦੀ ਕਿਸੇ ਨਾਲ ਕੋਈ ਹੋਰ ਲੜਾਈ ਝਗੜਾ ਹੋਵੇ ਪਹਿਲੀ ਗੱਲ ਤਾਂ ਹੋਵੇ ਹੀ ਨਾ ਜੇ ਕੋਈ ਹੋਰ ਕਿਸੇ ਕਿਸਮ ਦਾ ਕੇਸ ਦਰਜ ਹੋਵੇ ਆਪਣੇ ਵਰਗੇ ਲੋਕ ਇਹ ਗੱਲ ਕਹਿ ਦਿੰਦੇ ਕੋਈ ਗੱਲ ਨਹੀਂ ਯਾਰ ਬੰਦਿਆਂ ਦੇ ਉੱਤੇ ਇਦਾਂ ਦਾ ਹੋ ਜਾਂਦਾ ਪਰ ਇਹ ਲੋਕ ਆ ਜਿਹੜੇ ਜਿਨ੍ਹਾਂ ਦੇ ਉੱਤੇ ਇੰਨੇ ਗੰਭੀਰ ਦੋਸ਼ ਲੱਗਦੇ ਹੋਣ ਜਿਨ੍ਹਾਂ ਦੇ ਉੱਤੇ ਇੰਨੇ ਨਾਜ਼ੁਕ ਮੁੱਦੇ ਜੁੜ ਜਾਂਦੇ ਹੋਣ ਉਹ ਵੀ ਬੰਦੇ ਬਾਅਦ ਦੇ ਵਿੱਚ ਇਹ ਗੱਲ ਕਹਿਣ ਵੀ ਕੋਈ ਪਰਵਾਹ ਨਹੀਂ ਹੁੰਦੀਗੀ ਹੈਰਾਨੀ ਹੁੰਦੀ ਹੈ ਤੇ ਦੁੱਖ ਵੀ ਹੁੰਦਾ ਇਸ ਗੱਲ ਦੇ ਉੱਤੇ ਸੋ ਬਾਲੀਵੁੱਡ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਚੱਲਦਾ ਜਿਹੜਾ ਚੰਗੇ ਤੋਂ ਉਲਟਾ ਸਾਨੂੰ ਫਿਲਮਾਂ ਦੇ ਵਿੱਚ ਸਾਨੂੰ ਟੀਵੀ ਸੀਰੀਲਾਂ ਦੇ ਵਿੱਚ ਸਾਨੂੰ ਗੀਤਾਂ ਦੇ ਵਿੱਚ ਉਹ ਪਰਦੇ ਪਿਛਲਾ ਕੰਮ ਜਿਸ ਦਾ ਨਹੀਂ ਇਹ ਪੋਲੀਵੁੱਡ ਦੇ ਵਿੱਚ ਵੀ ਕਈ ਵਾਰ ਦੇਖਣ ਨੂੰ ਮਿਲਿਆ ਵੀ ਕੁੜੀਆਂ ਦੇ ਨਾਲ ਕੰਮ ਬਦਲੇ ਸਮਝੌਤੇ ਲੀਆਂ ਗੱਲਾਂ ਕਿਹੋ ਜਿਹੀਆਂ ਸਾਹਮਣੇ ਆਉਂਦੀਆਂ ਉਹ ਦੱਸਦਿਆਂ ਵੀ ਕਿਵੇਂ ਨਸ਼ਾ ਵੀ ਚੱਲਦਾ ਹੈਗਾ ਉਹ ਦੱਸਦਿਆਂ ਜੀ ਕਿ ਸਾਡੇ ਨਾਲ ਕਦੋਂ ਕਿਹਨੇ ਕਿਹਨੇ ਕੀ ਕੀ ਕੁਝ ਕੀਤਾ ਹੈਗਾ ਸੋ ਬਹੁਤ ਕੁਝ ਇੱਥੇ ਧਰਿਆ ਬਹੁਤ ਕੁਝ ਇੱਥੇ ਠਕਿਆ ਜਿਹੜਾ ਕਿ ਠਕਿਆ ਹੀ ਰਜ ਰਿਹਾ ਸੋ ਆਉਂਦੇ ਸਮੇਂ ਦੇ ਵਿੱਚ ਪਤਾ ਲੱਗਾ ਜੀ ਕਿ ਈਡੀ ਦੇ ਵੱਲੋਂ ਵੀ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਵੀ ਰਾਜਕੁੰਦਰਾ ਦੇ ਕੋਲੋਂ ਪੁਸ਼ਕਿਸ਼ ਸ਼ਾਇਦ ਉਹਦੇ ਉੱਤੇ ਹੋਰ ਵੀ ਤਿੱਖਾ ਸ਼ਕੰਜਾ ਕੱਸਿਆ ਜਾਵੇ ਰਾਜਕੁੰਦਰਾ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਕੀ ਖੁਲਾਸੇ ਕਰਨਾ ਹੈ ਤੇ ਉਹਦੇ ਖੁਲਾਸਿਆਂ ਦਾ ਸਮੁੱਚੇ ਬਾਲੀਵੁੱਡ ਦੇ ਉੱਤੇ ਕੀ ਅਸਰ ਪੈਂਦਾ ਇਹਦੇ ਵੱਲ ਧਿਆਨ ਟਿਕਿਆ ਰਹਿਣਾ ਪਰ ਇੱਕ ਵਾਰ ਹਰ ਕੋਈ ਇਸ ਗੱਲ ਦੇ ਕਰਕੇ ਝਟਕੇ ਦੇ ਵਿੱਚ ਹੈ ਵੀ ਬਾਲੀਵੁੱਡ ਦੇ ਵਿੱਚ ਆਹ ਕੁਝ ਵੀ ਹੁੰਦਾ ਨੀਲੀਆਂ ਫਿਲਮਾਂ ਵਾਲੇ ਲੋਕ ਬਾਲੀਵੁੱਡ ਦੇ ਵਿੱਚ ਆ ਗਏ ਇਹ ਤਾਂ ਮੰਨ ਲਿਆ ਚਲੋ ਸੁਣ ਲਿਆ ਲੋਕਾਂ ਨੇ ਪ੍ਰਵਾਨ ਵੀ ਕਰ ਲਿਆ ਸਾਨੂੰ ਕੀ ਇਤਰਾਜ਼ ਹੋ ਸਕਦਾ ਪਰ ਜਿਹੜੇ ਮੰਨੇ ਪਰ ਮੰਨੇ ਲੋਕ ਬਾਲੀਵੁੱਡ ਦੇ ਆ ਉਹ ਨੀਲੀਆਂ ਫਿਲਮਾਂ ਵਾਲੇ ਪਾਸੇ ਪਰਦੇ ਦੇ ਨਾਲ ਕੰਮ ਕਰਦੇ ਹੋਣ ਜਾਂ ਕਰਵਾਉਂਦੇ ਹੋਣ ਪੈਸੇ ਕਮਾਉਂਦੇ ਹੋਣ ਉਹ ਵੀ ਅਰਬਪਤੀ ਖਰਬਪਤੀ ਹੋਣ ਦੇ ਬਾਵਜੂਦ ਇਹ ਗੱਲ ਸਭ ਦੇ ਲਈ ਅਚੰਭੇ ਵਾਲੀ ਜ਼ਰੂਰ ਹੈ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਦੂਜਿਆਂ ਦੀ ਪੀੜ ਨੂੰ ਆਪਣੀ ਪੀੜ ਸਮਝਦੇ ਆ ਤੇ ਉਹਨਾਂ ਲੋਕਾਂ ਦੀ ਵੀ ਘਾਟ ਨਹੀਂ ਕਿ ਜੇਕਰ ਕੋਈ ਐਕਸੀਡੈਂਟ ਦੇ ਕਰਕੇ ਸੜਕ ਦੇ ਉੱਤੇ ਲੰਮਾ ਪਿਆ ਹੁੰਦਾ ਕਿਸੇ ਦਾ 6 ਫੀਟ ਵੱਜੀ ਹੋਵੇ ਉਹਨੂੰ ਚੱਕਣ ਦੀ ਥਾਂ ਦੇ ਉੱਤੇ ਵੀਡੀਓ ਬਣਾਉਣ ਲੱਗ ਪੈਂਦੇ ਬਿੱਲ ਸਾਡੇ ਲਾਈਕ ਤੇ ਕਮੈਂਟ ਤੇ ਵਿਊ ਵਧ ਜਾਣੇ ਆ ਜਦ ਕਿ ਚਾਹੀਦਾ ਇਹ ਆ ਕਿ ਮਨੁੱਖ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕੀਤਾ ਜਾ ਸਕੇ ਕਿਉਂਕਿ ਵਾਰੀ ਸਾਡੀ ਵੀ ਆ ਜਾਣੀ ਆ ਪਿਛਲੇ ਦਿਨੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸੀ ਯਾਨੀ ਕਿ ਉਹਦਾ ਪ੍ਰੋਗਰਾਮ ਸੀਗਾ ਪ੍ਰਧਾਨਗੀ ਵਾਲਾ ਉਸ ਦਿਨ ਜੀਰੇ ਤੋਂ ਜਿਹੜੀ ਬਸ ਗਈ ਸੀ ਉਹ ਹਰਸ ਅਗਰਸਤ ਹੋ ਗਈ ਪੰਜਾਬ ਸਰਕਾਰ ਨੇ ਜਿਹੜੇ ਮ੍ਰਿਤਕ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਰਾਹਤ ਦੇਣ ਦਾ ਐਲਾਨ ਕੀਤਾ ਪਰ ਸੋਨੂ ਸੂਤ ਤੇ ਉਦੀ ਸਤਕਾਰਯੋਗ ਪੈਣ ਨੇ ਜਿਹੜੇ ਉਹ ਵੀ ਉਹਨਾਂ ਪੀੜਤਾਂ ਦਾ ਹਾਲਚਲ ਪੁੱਛਣ ਦੇ ਲਈ ਵੱਖ-ਵੱਖ ਹਸਪਤਾਲਾਂ ਵਿੱਚ ਗਏ ਜਿਹੜੇ ਲੋਕ ਜ਼ਖਮੀ ਹੋ ਗਏ ਜਿਹੜੇ ਲੋਕ ਗੰਭੀਰ ਆ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਗਏ ਜਿਹੜਾ ਘਰਾਂ ਦੇ ਵਿੱਚ ਸੱਥਰ ਵਿਛ ਗਏ 50-50000 ਰੁਪਇਆ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦਾ ਐਲਾਨ ਕੀਤਾ ਸੋਨੂ ਸੂਦ ਨੇ ਤੇ ਜਿਹੜੇ ਜ਼ਖਮੀਆਂ ਉਹਨਾਂ ਨੂੰ ਇਲਾਜ ਵਾਸਤੇ 25-25000 ਰੁਪਇਆ ਦੇਣ ਦਾ ਐਲਾਨ ਕੀਤਾ ਹੁਣ ਕੋਈ ਸੱਜਣੇ ਵੀ ਗੱਲ ਕਹਿ ਸਕਦਾ ਕਿ 50000 ਰੁਪਇਆ ਕਿੱਡੀ ਰਕਮ ਹੁੰਦੀ ਆ ਬਹੁਤ ਵੱਡੀ ਹੁੰਦੀ ਆ ਕਦੇ ਕਿਸੇ ਨੂੰ ਦੇ ਕੇ ਦੇ ਪੰਜਾਬ ਦੇ ਵਿੱਚ ਵੀ ਕਿੰਨੇ ਕਰੋੜ ਪਤੀ ਅਰਬਪਤੀ ਲੋਕ ਆ ਕੀ ਉਹਨਾਂ ਨੇ ਆਪਦੇ ਵੱਲੋਂ ਕੋਈ ਹੋਜਾ ਯੋਗਦਾਨ ਪਾਇਆ ਬਾਲੀਵੁੱਡ ਦੇ ਵਿੱਚ ਸੋਨੂ ਸੂਦ ਤੋਂ ਅਮੀਰਾਂ ਦੀ ਘਾਟ ਵੀ ਨਹੀਂ ਹੋਣੀ ਪਰ ਕੀ ਉਹਨਾਂ ਨੇ ਕਦੇ ਇਦਾਂ ਦਾ ਯੋਗਦਾਨ ਪਾਇਆ ਸੋ ਸੋਨੂ ਸੂਦ ਨੇ ਪਿਛਲੇ ਕਈ ਵਰਿਆਂ ਦੇ ਵਿੱਚ ਖਾਸ ਕਰਕੇ ਲੋਕਡਾਊਨ ਦੇ ਸਮੇਂ ਦੇ ਵਿੱਚ ਕਰੋਨਾ ਮਹਾਮਾਰੀ ਦੇ ਸਮੇਂ ਦੇ ਵਿੱਚ ਜੋ ਜੋ ਕੰਮ ਕਰਕੇ ਦਿਖਾਇਆ ਉਹ ਕਹਿੰਦੇ ਕਹੋਂਦੇ ਭਾਰਤ ਦੇ ਨੇਤਾ ਨਹੀਂ ਕਰ ਸਕੇ ਮੈਂ ਤਾਂ ਕਦੇ ਕਦੇ ਸੋਚਦਾ ਵੀ ਇੱਕ ਪਾਸੇ ਭਾਰਤ ਦੀ ਸਰਕਾਰ ਤੇ ਇੱਕ ਪਾਸੇ ਸੋਨੂ ਸੂਤ ਦੇ ਉਦਮ ਉਹਨੇ ਵੱਧ ਕੰਮ ਕਰਕੇ ਦਿਖਾਇਆ ਜਿਹਦੇ ਕਰਕੇ ਉਹਦਾ ਸਤਿਕਾਰ ਕਰੇ ਰ ਮਰਦਾ ਆਇਆ ਉਹ ਆਪਣੇ ਨਿੱਜੀ ਕੰਮ ਦੇ ਲਈ ਪੰਜਾਬ ਦੇ ਵਿੱਚ ਕਿਉਂਕਿ ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਉਹਦਾ ਜੱਦੀ ਉਹ ਆਪਣੇ ਪਿੰਡ ਦੇ ਵਿੱਚ ਗਾਹੇ ਬਗਾਹੇ ਆਉਂਦਾ ਆਉਣਾ ਵੀ ਚਾਹੀਦਾ ਉਸ ਧਰਤੀ ਨੂੰ ਸਲਾਮ ਕਰਨੀ ਬਣਦੀ ਹੈ ਜਿੱਥੋਂ ਦਾ ਉਹ ਜੰਮਿਆ ਜਾਇਆ ਪਰ ਜਦੋਂ ਉਹਨੂੰ ਪਤਾ ਲੱਗਾ ਕਿ ਆਹ ਹਾਰਸਾ ਵਾਪਰ ਗਿਆ ਉਸ ਤੋਂ ਬਾਅਦ ਤੁਰੰਤ ਉਹ ਪੀੜਤਾ ਦਾ ਹਾਲਚਲ ਪੁੱਛਣ ਦੇ ਲਈ ਗਿਆ ਬਹੁਤ ਚੰਗੀ ਗੱਲ ਹੈ حال چال ਪੁੱਛਣਾ ਵੀ ਚਾਹੀਦਾ ਤੇ ਲੋੜ ਮੁਤਾਬਕ ਮਦਦ ਵੀ ਕਰਨੀ ਚਾਹੀਦੀ ਆ ਅਮਰ ਨੂਰੀ ਜੋ ਕਿ ਪੰਜਾਬੀ ਗਾਇਕੀ ਦੇ ਵਿੱਚ ਸਤਿਕਾਰਤ ਨੇ ਸਰਦੂਲ ਸਕੰਦਰ ਦੇ ਧਰਮ ਪਤਨੀ ਨੇ ਸਰਦੂਲ ਸਕੰਦਰ ਦੁਨੀਆ ਦੇ ਉੱਤੇ ਭਾਵੇਂ ਨਹੀਂ ਪਰ ਅਮਰ ਨੂਰੀ ਉਹਨਾਂ ਦੇ ਪੁੱਤ ਇਸ ਪੰਜਾਬੀ ਗਾਇਕੀ ਦੇ ਦੀਵੇ ਨੂੰ ਜਗਦਾ ਰੱਖਣ ਇਹਦੀ ਹਰ ਕੋਈ ਕਾਮਨਾ ਕਰਦਾ ਸਰਦੂਲ ਸਕੰਦਰ ਦਾ ਬਹੁਤ ਵੱਡਾ ਨਾਂ ਪੰਜਾਬੀ ਗਾਇਕੀ ਦੇ ਵਿੱਚ ਰਿਆ ਭਵਿੱਖ ਦੇ ਵਿੱਚ ਵੀ ਇਦਾਂ ਹੀ ਉਹਨਾਂ ਦਾ ਨਾਂ ਉਹਨਾਂ ਦੇ ਗੀਤ ਚਤੇ ਰਹਿਣਗੇ ਇਸ ਗੱਲ ਦੀ ਮੈਨੂੰ ਪੱਕੀ ਆਸ ਆ ਉਹਨਾਂ ਦੇ ਜਿਹੜੇ ਆਸ਼ਕ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਪੱਕੀ ਆਸ ਹੋਊਗੀ ਪਰ ਪਿਛਲੇ ਦਿਨੀ ਅਚਾਨਕ ਕਲਾਕਾਰਾਂ ਦਾ ਇੱਕ ਕਾਫਲਾ ਖੰਨੇ ਦੇ ਵਿੱਚ ਸਰਦੂਰ ਸਿਕੰਦਰ ਸਾਹਿਬ ਦੇ ਘਰ ਦੇ ਵਿੱਚ ਜਾਂਦਾ ਜਿਹਦੇ ਵਿੱਚ ਹੰਸਰਾਜ ਹੰਸਵੀ ਆ ਜਸਵੀਰ ਜੱਸੀ ਵੀ ਆ ਇੰਦਰਜੀਤ ਨਿੱਕੂ ਵੀ ਆ ਬਿੱਟੂ ਖੰਨੇ ਵਾਲਾ ਵੀ ਆ ਹੋਰ ਬਹੁਤ ਸਾਰੇ ਕਲਾਕਾਰ ਆ ਸਾਰੇ ਸਤਕਾਰਯੋਗ ਆ ਉਹਨਾਂ ਦੇ ਵੱਲੋਂ ਜਾ ਕੇ ਉੱਥੇ ਅਮਰ ਨੂਰੀ ਨੂੰ ਕਲਾਕਾਰ ਯੂਨੀਅਨ ਦਾ ਪ੍ਰਧਾਨ ਠਾਪਿਆ ਗਿਆ ਸਰਦੂਰ ਸਿਕੰਦਰ ਹੋਰੀ ਕਿਸੇ ਵੇਲੇ ਪ੍ਰਧਾਨ ਰਹੇ ਹੁਣ ਜਦੋਂ ਜੋਹਾਨੋ ਕੂਚ ਕਰਗੇ ਤਾਂ ਅਮਰ ਨੂਰੀ ਹੁਰਾਂ ਨੂੰ ਕਲਾਕਾਰਾਂ ਦੇ ਮਸਲੇ ਨਜਠਣ ਦੇ ਲਈ ਉਹਨਾਂ ਨੇ ਜ਼ਿੰਮੇਵਾਰੀ ਸੌਂਪੀ ਹੈ ਜਿਵੇਂ ਕਿ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਬਣੀਆਂ ਹੁੰਦੀਆਂ ਜਿਵੇਂ ਕਿ ਹੋਰ ਵੱਖ-ਵੱਖ ਥਾਮਾ ਤੇ ਯੂਨੀਅਨਾਂ ਬਣੀਆਂ ਹੁੰਦੀਆਂ ਉਵੇਂ ਕਲਾਕਾਰਾਂ ਦੀ ਵੀ ਇੱਕ ਜਥੇਬੰਦੀ ਹੈ ਜਿਹਦਾ ਉਹਨਾਂ ਨੂੰ ਪ੍ਰਦਾਨ ਥਾਪਿਆ ਗਿਆ ਮੈਂ ਸੋਚਦਾ ਕਿ ਚੰਗੀ ਗੱਲ ਹੈ ਕਿਉਂਕਿ ਕਲਾਕਾਰਾਂ ਦੇ ਵੱਲੋਂ ਜੇਕਰ ਸਰਬਸੰਮਤੀ ਦੇ ਨਾਲ ਕਿਸੇ ਦੇ ਉੱਤੇ ਜ਼ਿੰਮੇਵਾਰੀ ਪਾਈ ਜਾਂਦੀ ਹੈ ਤਾਂ ਟੁੱਟੇ ਹੋਏ ਬੰਦੇ ਨੂੰ ਇਸ ਗੱਲ ਦਾ ਟਾਰਸ ਹੁੰਦਾ ਕਿ ਸਾਰੇ ਮੇਰੇ ਨਾਲ ਖੜੇ ਆ ਫੜਾ ਕੇ ਐਡੇ ਵੱਡੇ ਮਸਲੇ ਕਲਾਕਾਰਾਂ ਦੇ ਨਹੀਂ ਹੁੰਦੇ ਉਹ ਕੋਈ ਆਪਸ ਦੇ ਵਿੱਚ ਦੀ ਘੜਤਣ ਵਾਲੀ ਗੱਲ ਹੁੰਦੀ ਹੈ ਜਾਂ ਉਹ ਪ੍ਰਸ਼ਾਸਨ ਦੇ ਤੌਰ ਦੇ ਉੱਤੇ ਪੁਲਿਸ ਦੇ ਤੌਰ ਦੇ ਉੱਤੇ ਆਪੇ ਵੀ ਹੱਲ ਕਰਵਾ ਲੈਂਦੇ ਆ ਪਰ ਕਲਾਕਾਰਾਂ ਦੇ ਵੱਲੋਂ ਮਾਨ ਸਨਮਾਨ ਦੇਣਾ ਉਹਨਾਂ ਨੂੰ ਉਹਨਾਂ ਨੇ ਉੱਤੇ ਜ਼ਿੰਮੇਵਾਰੀ ਪਾਉਣੀ ਇਹ ਗੱਲ ਕਹਿਣੀ ਕਿ ਤੁਸੀਂ ਸਾਡੀ ਅਗਵਾਈ ਕਰੋ ਮੈਂ ਨਿੱਜੀ ਤੌਰ ਦੇ ਉੱਤੇ ਸੋਚਦਾ ਕਿ ਇਹ ਚੰਗੀ ਗੱਲ ਹੈ ਆਪਾਂ ਉਦਾਂ ਕਿਸੇ ਨੂੰ ਕਹ ਕੇ ਇੱਕ ਤਰੇ ਨਾਲ ਖੜੇ ਆ ਇਹਦਾ ਹੋਰ ਮਹੱਤਵ ਹੁੰਦਾ ਪਰ ਇਹ ਗੱਲ ਕਹਿ ਕੇ ਕਿ ਤੁਸੀਂ ਸਾਡੇ ਮਸਲੇ ਹੱਲ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡੀ ਅਗਵਾਈ ਕਰੋ ਇਹ ਇੱਕ ਵੱਖਰੀ ਗੱਲ ਹੈ ਇਹ ਇੱਕ ਵੱਖਰੀ ਮਹੱਤਤਾ ਵਾਲੀ ਗੱਲ ਹੈ ਸੋ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਪਈ ਆ ਉਹਨਾਂ ਦੀ ਤੰਦਰੁਸਤੀ ਹੋਵੇ ਕਿਉਂਕਿ ਬਹੁ ਗਿਣਤੀ ਦਰਸ਼ਕ ਜਾਣਦੇ ਹੋਣਗੇ ਕਿ ਜਦੋਂ ਸਰਦੂਲ ਸਿਕੰਦਰ ਸਾਹਿਬ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਤਾਂ ਅਮਰ ਨੂਰੀ ਨੇ ਆਪਣੀ ਇੱਕ ਕਿਡਨੀ ਦਿੱਤੀ ਤੇ ਜ਼ਿੰਦਗੀ ਦੇ ਕਈ ਬਰੇ ਆ ਜਿਹੜੇ ਉਹ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਸਰਦੂਲ ਸਿਕੰਦਰ ਸਾਹਿਬ ਹੋਰ ਕੱਢ ਕੇ ਗਏ ਆ ਸੋ ਅਮਰ ਨੂਰੀ ਹੋਰਾਂ ਦੀ ਉਮਰ ਲੰਮੀ ਹੋਵੇ ਉਹਨਾਂ ਦੇ ਪੁੱਤ ਆ ਜਿਹੜੇ ਉਹਨਾਂ ਦੀ ਗਾਇਕੀ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਣ ਇਹਦੀ ਅਸੀਂ ਕਾਮਨਾ ਕਰਦੇ ਆ ਪੰਜਾਬੀ ਗਾਇਕੀ ਨਾਲ ਜੁੜੇ ਹੋਏ ਲੋਕ ਪੰਜਾਬ ਦੇ ਵਿੱਚ ਫਿਲਮਾਂ ਦੀਆਂ ਸ਼ੂਟਿੰਗਾਂ ਚੱਲ ਰਹੀਆਂ ਪੰਜਾਬ ਦੇ ਵਿੱਚ ਇਸ ਵਕਤ ਕਲਾਕਾਰ ਆਪਣੇ ਗਾਣਿਆਂ ਦੀ ਰਿਕਾਰਡਿੰਗ ਕਰ ਰਹੇ ਆ ਇਹ ਵੱਖਰੀ ਗੱਲ ਆ ਕਿ ਜਿਹੜੇ ਅੱਜ ਜੁਲਾਈ ਦਾ ਮਹੀਨਾ ਚੱਲ ਰਿਹਾ ਜੁਲਾਈ ਅਗਸਤ ਸਤੰਬਰ ਇਹ ਤਿੰਨ ਮਹੀਨਾਵਾਂ ਦੇ ਵਿੱਚ ਪ੍ਰੋਗਰਾਮ ਨਾ ਮਾਤਰ ਹੁੰਦੇ ਆ ਕੋਈ ਵਿਰਲਾਟਾਵਾ ਪ੍ਰੋਗਰਾਮ ਹੁੰਦਾ ਪਰ ਉਸ ਤੋਂ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਬਹੁਤ ਸਾਰੇ ਕਲਾਕਾਰ ਇਹੋ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀ ਜਿਹੜੇ ਉੱਥੋਂ ਦੇ ਪੀਆਰ ਆ ਉਹ ਇੱਧਰ ਹੀ ਰਹਿ ਗਏ ਲੋਕਡਾਊਨ ਕਰਕੇ ਜਾਂ ਉੱਧਰ ਬੈਠੇ ਜਿਹੜੇ ਉਹ ਇੱਧਰ ਨਹੀਂ ਆ ਸਕੇ ਕਿਉਂਕਿ ਇੱਧਰ ਵੀ ਕੰਮ ਬੰਦ ਸੀ ਉੱਧਰ ਵੀ ਕੰਮ ਬੰਦ ਸੀ ਜਹਾਜ਼ ਵੀ ਬੰਦ ਸੀ ਸਭ ਕੁਝ ਬੰਦ ਸੀ ਪਰ ਹੁਣ ਇਉਂ ਲੱਗਦਾ ਕਿ ਕਲਾਕਾਰਾਂ ਦਾ ਕੰਮ ਫਿਰ ਤਾਬੇ ਆ ਜਾਣਾ ਕੁਝ ਕਲਾਕਾਰਾਂ ਦੇ ਮੇਲੇ ਜਿਹੜੇ ਉਹ ਲੱਗਣ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ ਮੇਲਿਆਂ ਦੇ ਵਿੱਚ ਉਹ ਗਾ ਰਹੇ ਆ ਸੋ ਸਾਰੀ ਸਨਤ ਨੂੰ ਭਾਵੇਂ ਉਹ ਕਿਸੇ ਵੀ ਕਿਸਮ ਦੀ ਸਨਤ ਹੈ ਉਹ ਬਹੁਤ ਚੰਗਾ ਆਪਣਾ ਕੰਮ ਕਰੇ ਉਹ ਚੰਗਾ ਆਪਣਾ ਯੋਗਦਾਨ ਪਾਵੇ ਇਹਦੀ ਅਸੀਂ ਕਾਮਨਾ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਅਗਲੇ ਹਫਤੇ ਮਨੋਰੰਜਕ ਦੁਨੀਆ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱ ਇਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ